ਲੁਧਿਆਣਾ ਵਿੱਚ ਇੱਕ ਦੁਕਾਨਦਾਰ ਵੱਲੋਂ ਦੁਕਾਨ ਤੇ ਕਬਜ਼ੇ ਨੂੰ ਲੈ ਕੇ ਆਪਣੇ ਪਰਿਵਾਰ ਦੇ 2 ਮਾਸੂਮ ਬੱਚਿਆਂ ਸਮੇਤ ਸੀਪੀ ਦਫ਼ਤਰ ਦੇ ਬਾਹਰ ਤੇਲ ਛਿੜਕ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਪੀੜਤ ਦੁਕਾਨਦਾਰ ਨੇ ਕਿਹਾ ਕਿ ਉਹ ਪਿਛਲੇ 15 ਸਾਲ ਤੋਂ ਆਪਣੀ ਦੁਕਾਨ ਚਲਾ ਰਿਹਾ ਪਰ ਅੱਜ ਉਸ ਨੂੰ ਆਪਣੀ ਹੀ ਦੁਕਾਨ ਵਿੱਚੋਂ ਧੱਕੇ ਨਾਲ ਬਾਹਰ ਕੱਢਿਆ ਜਾ ਰਿਹਾ ਜਿਸ ਦੀ ਉਸਨੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰੰਤੂ ਉਸਨੇ ਪੁਲਿਸ ਤੇ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਨੇ। ਪੀੜਤ ਦੁਕਾਨਦਾਰ ਨੇ ਦੋਸ਼ੀਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਮੇਰਾ ਨਾਂ ਸਤਿੰਦਰਪਾਲ ਸਿੰਘ ਹੈ ਜੀ। ਮੈਂ ਪਿਛਲੇ 15 ਸਾਲ ਤੋਂ ਕਾਲੀ ਸੜਕ ਤੇ ਮੇਰੀ ਦੁਕਾਨ ਹੈ ਭਾਟੀ ਆਟੋ ਪਾਰਟਸ ਦੇ ਨਾਂ ਤੇ ਮੈਂ ਉਹਨੂੰ ਚਲਾਉਂਦਾ ਆ ਰਿਹਾ। ਕਰੋਨਾ ਕਾਲ ਚੱਲ ਰਿਹਾ ਸੀਗਾ, ਪਿਛਲੇ ਸਾਲ 22 ਮਾਰਚ ਨੂੰ ਸਾਰੀਆਂ ਹੀ ਦੁਕਾਨਾਂ ਬੰਦ ਹੋਈਆਂ ਸੀ, ਉਹਦੇ 'ਚ ਮੇਰੀ ਵੀ ਦੁਕਾਨ ਬੰਦ ਹੋਈ ਸੀਗੀ। ਉਸ ਤੋਂ ਬਾਅਦ ਜੀ ਸਰਕਾਰ ਦੇ ਆਦੇਸ਼ ਆਏ, ਮੈਂ ਜਾਂਦਾ ਸੀ ਕਦੀ ਕਦੀ ਸਾਫ਼ ਸਫਾਈ ਕਰਨ ਲੱਗ ਜਾਂਦਾ, ਮੈਂ ਕੋਈ ਹੋਰ ਕੰਮ ਸ਼ੁਰੂ ਕਰ ਲਈ ਮਾੜਾ ਮੋਟਾ, ਮੇਰਾ ਉੱਧਰ ਰੁਝਾਨ ਹੋ ਗਿਆ। ਮੈਂ ਆਪਣੀ ਦੁਕਾਨ 'ਤੇ ਮਹੀਨੇ 15 ਦਿਨ ਬਾਅਦ ਜਾਂਦਾ ਸੀ, ਸਾਫ਼ ਸਫਾਈ ਕਰਕੇ ਆ ਜਾਂਦਾ ਸੀ। ਮੈਂ ਅਖੀਰਲੀ ਵਾਰੀ 28 ਜਨਵਰੀ 2021 ਨੂੰ ਮੈਂ ਦੁਕਾਨ 'ਤੇ ਗਿਆ, ਮੇਰੀ ਦੁਕਾਨ ਬਿਲਕੁਲ ਠੀਕ ਠਾਕ ਸੀ। ਮੈਂ ਉੱਥੇ ਜਾ ਕੇ ਆਪਣੀ ਵੀਡੀਓ ਵੀ ਬਣਾ ਕੇ ਆਇਆ, ਦੁਕਾਨ ਦੇ ਸਮਾਨ ਦੀ ਸਭ ਠੀਕ ਠਾਕ ਸੀ। ਉਸ ਤੋਂ ਬਾਅਦ ਜੀ ਮੈਨੂੰ 29 ਮਾਰਚ ਨੂੰ ਮੇਰੇ ਭਾਈ ਸਾਹਿਬ ਦਾ ਫੋਨ ਆਉਂਦਾ ਕਿ ਰਿੰਪਲ ਤੂੰ ਆਪਣੀ ਦੁਕਾਨ ਦੇ ਉੱਤੇ ਸਤਿੰਦਰ ਆਪਣੀ ਦੁਕਾਨ 'ਤੇ ਪੇਂਟ ਕਰਾ ਰਿਹਾ ਹਰੇ ਰੰਗ ਦਾ। ਮੈਂ ਕਿਹਾ ਨਹੀਂ ਜੀ, ਮੈਂ ਨਹੀਂ ਕਰਾ ਰਿਹਾ। ਮੈਂ ਜੀ ਉੱਥੋਂ ਹੀ ਉਹਨੂੰ ਕਿਹਾ ਵੀ ਨਾਲ ਦੇ ਗੁਆਂਢੀਆਂ ਨਾਲ ਗੱਲ ਕਰਾ। ਉਹ ਦਿਨ ਹੋਲੀ ਸੀਗੀ, ਉਹ ਦਿਨ ਗੁਆਂਢੀ ਛੁੱਟੀ ਦੇ ਸੀਗੇ, ਨਾਲ ਦੇ ਸਾਹਮਣੇ ਖੋਖੇ ਵਾਲਾ ਸੀ, ਉਹਦੇ ਨਾਲ ਗੱਲ ਕੀਤੀ। ਉਹ ਕਹਿੰਦਾ ਜੀ ਇਹ ਦੁਕਾਨ ਮੈਂ ਕਿਰਾਏ 'ਤੇ ਲੈ ਲਈ। ਮੈਂ ਕਿਹਾ ਮੇਰੀ ਦੁਕਾਨ ਤੂੰ ਕਿਤੋਂ ਕਿਰਾਏ 'ਤੇ ਲੈ ਲਈ? ਕਹਿੰਦਾ ਜੀ ਮੈਂ ਵਿੱਕੀ ਸੋਤਾ ਅਤੇ ਪ੍ਰਦੀਪ ਸੋ ਬਹੁਤ ਕੋਲੋਂ ਕਿਰਾਏ 'ਤੇ ਲੈ ਲਈ। ਮੈਂ ਉਸੇ ਵੱਲੇ ਜੀ ਆਪਣੀ ਗੱਡੀ ਚੱਕੀ, ਮੈਂ ਆਪਣੀ ਵਾਈਫ ਨੂੰ ਨਾਲ ਲਿਆ, ਮੈਂ ਆ ਰਿਹਾ। ਮੈਂ ਰਸਤੇ 'ਚ ਉਹਨਾਂ ਨੂੰ ਜਿਹੜੇ ਵਿੱਕੀ ਸੋਤਾ ਅਤੇ ਪ੍ਰਦੀਪ ਬਹੁਤ ਨੂੰ ਮੈਂ ਫੋਨ ਕਰਦਾ ਰਿਹਾ, ਉਹਨਾਂ ਨੇ ਫੋਨ ਨਹੀਂ ਚੱਕਿਆ, ਉਹਨਾਂ ਦੇ ਫੋਨ ਆਪਸੀ ਬਿਜੀ ਹੋ ਗਏ। ਫਿਰ ਜਲੰਧਰ ਬਾਈਪਾਸ ਕੋਲ ਪਹੁੰਚਿਆ, ਮੈਂ ਉਹਨੂੰ ਫਿਰ ਫੋਨ ਕੀਤਾ, ਮੈਂ ਕਿਹਾ ਕਾਕੇ ਭਾਅ ਜੀ, ਪ੍ਰਦੀਪ ਦਾ ਨਾਂ ਕਾਕਾ, ਮੈਂ ਉਹਨੂੰ ਕਿਹਾ ਕਾਕੇ ਭਾਅ ਜੀ ਮੇਰੀ ਦੁਕਾਨ ਨਹੀਂ ਕੀਤਾ। ਕਹਿੰਦਾ ਅਸੀਂ ਤਾਂ ਕੁਝ ਨਹੀਂ ਕੀਤਾ, ਵਿੱਕੀ ਸੋਤੇ ਨੇ ਖਰੀਦ ਲਈ। ਮੈਂ ਕਿਹਾ ਮੇਰੀ ਦੁਕਾਨ ਦਾ ਸਮਾਨ? ਕਹਿੰਦਾ ਤੂੰ ਬੋਲਦਾ ਕਿੱਦਾਂ ਮੇਰੇ ਨਾਲ? ਆ ਕੇ ਵਿੱਕੀ ਨਾਲ ਗੱਲ ਕਰ ਲਾ, ਫਿਰ ਜੋ ਵੀ ਹੋਊਗਾ ਸਾਰ ਲਈ। ਉਸੇ ਵੇਲੇ 29 ਮਾਰਚ ਨੂੰ ਜਾ ਕੇ ਮੈਂ ਥਾਣਾ ਬਸਤੀ ਦੇ ਵਿੱਚ SI ਜਸਵਿੰਦਰ ਸਿੰਘ ਜੀ ਕੋਲ ਮੈਂ ਆਪਣੀ ਕੰਪਲੇਂਟ ਨੋਟ ਕਰਾਈ। 30 ਤਰੀਕ ਨੂੰ ਮੇਰੇ ਨਾਲ SI ਜਸਵਿੰਦਰ ਸਿੰਘ ਜੀ ਅਤੇ ASI ਵਿਜੇ ਕੁਮਾਰ ਜੀ ਮੌਕੇ 'ਤੇ ਮੇਰੇ ਨਾਲ ਉੱਥੇ ਗਏ। ਮੌਕੇ 'ਤੇ ਗਏ ਨੇ, ਮੌਕੇ 'ਤੇ ਮੇਰੀ ਦੁਕਾਨ ਦੇ ਉੱਤੇ ਥਾਣਾ ਬਸਤੀ ਜੋਧੇਵਾਲ ਜੀ, ਮੌਕੇ 'ਤੇ ਮੇਰੀ ਦੁਕਾਨ 'ਤੇ ਚਾਬੀਆਂ ਜਿਹੜੀਆਂ ਮੈਂ ਮੇਨ ਸੈਂਟਰ ਲੋਕ ਦੇ ਦੂਜੇ ਤਾਲੇ ਤੋਂ ਉਹਨਾਂ ਨੇ ਤੋੜ ਲਏ ਸੀਗੇ, ਸੈਂਟਰ ਲੋਕ ਦੀ ਚਾਬੀਆਂ ਮੈਂ SHO ਸਾਹਿਬ ਨੂੰ ਲਗਾ ਕੇ ਮੌਕੇ ਦਿਖਾਈਆਂ, ਜਿਹਦੀ ਵੀਡੀਓ ਮੇਰੇ ਕੋਲ ਅਵੇਲੇਬਲ ਹੈ SHO ਸਾਹਿਬ। ਪੂਰੀ ਮਾਰਕੀਟ ਦੀ ਗਵਾਹੀ ਦਵਾਈ ਕਿ ਉਹ ਕਹਿੰਦੇ ਵੀ ਇਹ ਭਾਟੀਆ ਸਾਹਿਬ ਦੀ ਦੁਕਾਨ ਹੈ ਸਤਿੰਦਰਪਾਲ ਸਿੰਘ ਦੀ, ਇਹਨਾਂ ਦੇ ਗਵਾਂਢੀਆਂ ਨੇ ਕੁਝ ਕੀਤਾ। ਉਸ ਤੋਂ ਬਾਅਦ ਜੀ ਅਸੀਂ ਥਾਣੇ ਚਲ ਗਏ, ਥਾਣੇ ਗਏ, ਥਾਣੇ ਜਾ ਕੇ ਸਾਡੇ ਬਿਆਨ ਕੀਤੇ ਉਹਨਾਂ ਨੇ, SI ਸਾਹਿਬ ਨੇ ਬਿਆਨ ਲਿਖੇ ਸਾਨੂੰ, ਕਹਿੰਦੇ ਵੀ ਇਹਨਾਂ 'ਤੇ ਕਾਰਵਾਈ ਕਰਾਂਗੇ। ਉਸ ਤੋਂ ਬਾਅਦ ਪਤਾ ਨਹੀਂ ਜੀ ਉਹ ਦੂਜੀ ਪਾਰਟੀ ਨੇ ਕੀ ਕੀਤੀ ਉਹਨਾਂ ਨਾਲ ਗੱਲਬਾਤ, ਸਾਡੀ ਸੁਣਵਾਈ ਨਹੀਂ। ਅਗਲੇ ਨੇ ACP ਸਾਹਿਬ ਕੋ ਗਏ, ACP ਸਾਹਿਬ ਨੇ ਮੌਕੇ 'ਤੇ ਮੈਨੂੰ ਕਿਹਾ ਦੁਪਹਿਰ ਦੇ 4 ਵਜੇ SHO ਗੋਲਡੀ ਵੀਰ ਦੀ ਫੋਨ ਕਰਕੇ ਕਿ ਮੁੰਡਾ ਤੁਹਾਡੇ ਕੋਲ ਆ ਰਿਹਾ ਸਤਿੰਦਰਪਾਲ ਸਿੰਘ, ਉਹਦੀ ਬੰਦੀ ਕਾਰਵਾਈ ਕਰੋ, ਦੋਸ਼ੀਆਂ 'ਤੇ ਪਰਚਾ ਦਰਜ ਕਰੋ, ਮੌਕੇ 'ਤੇ ਮੁੰਡੇ ਦਾ ਕਬਜ਼ਾ ਬਹਾਲ ਕਰੋ। ਮੈਂ SHO ਸਾਹਿਬ ਕੋਲ ਗਿਆ ਬਸਤੀ ਥਾਣੇ ਆਪਣੇ ਵੱਡੇ ਭਾਈ ਸਾਹਿਬ, ਉਹਨਾਂ ਨੇ ਮੈਨੂੰ ਉੱਥੇ ਜਾ ਕੇ ਵੀ ਜਲੀਲ ਕੀਤਾ। ਕਹਿੰਦਾ ਅਸੀਂ ਕੀ ਕਰ ਲਈਏ, ACP ਤਾਂ ਕੁਛ ਵੀ ਕਹਿ ਦਿੰਦਾ, ਅਸੀਂ ਤਾਂ ਅਸੀਂ ਕਿੱਦਾਂ ਕਰ ਲਈਏ। ਉਸ ਤੋਂ ਬਾਅਦ ਜੀ ਮੈਂ ਉਹਨਾਂ ਦੇ ਕੋਲ ਰੋਜ਼ ਧੱਕੇ ਖਾ ਰਿਹਾ ਆਣ ਜਾਣ। ਅਗਲੇ ਦਿਨ ਮੈਂ ਮੇਰੇ ਵੱਡੇ ਭਾਅ ਜੀ ਨੇ ਸਤਿਕਾਰਯੋਗ ਮਨਪ੍ਰੀਤ ਸਿੰਘ ਬੰਟੀ ਜੀ, ਮੈਂ ਉਹਨਾਂ ਨੂੰ ਵਿੱਚ ਪਾਇਆ ਸੀਗਾ, ਉਹਨਾਂ ਨੇ ਮੇਰੇ ਨਾਲ ਕਾਰਵਾਈ ਕਰਾ ਰਹੇ, ਉਹਨਾਂ ਨੇ ਉਹਨਾਂ ਨਾਲ ਵਿਜੇ ਦਾਨਵ ਜੀ ਨੇ ਕੰਟੈਕਟ ਕੀਤਾ 1 ਤਰੀਕ ਨੂੰ ਹੀ, 1 ਅਪ੍ਰੈਲ ਨੂੰ ਹੀ, ਕਿ ਤੁਸੀਂ ਇੱਦਾਂ ਕਰੋ ਬੰਟੀ ਭਾਅ ਜੀ ਸਾਡੇ ਬੰਦੇ ਨੇ ਵਿੱਕੀ ਸੋਤਾ ਰਹੀ, ਤੁਸੀਂ ਆ ਜਾਓ, ਆਪਾਂ ਬਹਿ ਕੇ ਇਹਨੇ ਨਿਬੇੜ ਦਿੰਦੇ। ਬੰਟੀ ਭਾਅ ਜੀ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਸਤਿੰਦਰ ਇੱਦਾਂ ਦਾ ਫੋਨ ਆਇਆ, ਆਪਾਂ ਨਾ ਕੱਲ੍ਹ ਉਹਨਾਂ ਕੋਲ ਦੁਪਹਿਰ 12 ਵਜੇ ਦਾ ਟਾਈਮ ਹੈ, 12 ਵਜੇ ਗਏ, ਉਹ ਨਹੀਂ ਮਿਲੇ, 4 ਵਜੇ ਨਹੀਂ ਮਿਲੇ, 8 ਵਜੇ ਦਾ ਇਰਾਦਾ ਟਾਈਮ ਰੱਖ ਲਿਆ 2 ਤਰੀਕ ਦਾ। ਅਸੀਂ ਉੱਥੇ ਬੈਠੇ, ਉੱਥੇ ਦੋਸ਼ੀਆਂ ਕੋਲੋਂ ਮੇਰੇ ਕੋਲ ਰਿਕਾਰਡਿੰਗ ਹੈ, ਵਿਜੇ ਦਾਨਵ ਜੀ ਨੇ ਆਪਣੇ ਮੂੰਹ ਕਬੂਲ ਕਰਾਇਆ ਉਹਨਾਂ ਨੇ ਕਿ ਤੂੰ ਭਰਾ ਸਮਾਨ ਚੋਰੀ ਕੀਤਾ। ਉਹ ਕਹਿੰਦਾ ਵੀ ਵਿਜੇ ਦਾਨਵ ਜੀ ਨਿਬੇੜਨਗੇ, ਅਤੇ ਵਿਜੇ ਦਾਨਵ ਜੀ ਕਹਿੰਦੇ ਭਰਾਵਾ ਨਿਬੇੜੀਏ ਤਾਂ ਅਸੀਂ ਤਾਂ, ਜੇ ਤੂੰ ਮੰਨ ਲੈਂਦਾ ਕਿ ਜੋ ਇਹ ਸਮਾਨ ਵੀਡੀਓ ਇਹਨੇ ਬਣਾਈ ਹੈ ਉਹ ਸਾਰੀ ਸੱਚੀ ਹੈ ਅਤੇ ਉਹਦੇ ਜਿਹੜਾ ਸਮਾਨ ਪਿਆ ਸੀ ਤੁਸੀਂ ਖੁਰਦ ਬੁਰਦ ਕੀਤਾ। ਕਹਿੰਦਾ ਹਾਂਜੀ ਮੈਂ ਮੰਨ ਲੈਂਦਾ, ਮੇਰੇ 'ਤੇ ਹਰਜਾਨਾ ਲਾ ਦਿਓ, ਜਿਹੜਾ ਹਰਜਾਨਾ ਮੇਰੇ 'ਤੇ ਸਾਡੇ ਦੋਵਾਂ 'ਤੇ ਹਰਜਾਨਾ ਲਾ ਦਿਓ, ਉਹਨੂੰ ਕੋਈ ਦੱਸ ਕਿੰਨੇ ਦਾ ਸਮਾਨ ਸੀਗਾ ਸਾਡੇ ਤੋਂ ਪੈਸੇ ਲੈ ਲਾ ਜਾਂ ਮੇਰਾ ਸੌਦਾ ਖਰੀਦ ਲਾ। ਮੇਰੀ ਦੁਕਾਨ ਮੇਰੀ ਕਾਰਵਾਈ ਹੋਵੇ, ਦੋਸ਼ੀਆਂ ਉੱਤੇ ਪਰਚਾ ਦਰਜ ਹੋਵੇ, ਮੇਰੇ 'ਤੇ ਪ੍ਰੈਸ਼ਰ ਪਾਉਂਦੇ ਨੇ ਕਿ ਇਹਨਾਂ ਨਾਲ ਰਾਜ਼ੀਨਾਮਾ ਕਰ ਲਓ। ਮੈਂ ਦੋਸ਼ੀਆਂ ਨਾਲ ਕੋਈ ਰਾਜ਼ੀਨਾਮਾ ਨਹੀਂ ਕਰਨਾ, ਮੈਂ ਆਪਣੇ ਬੱਚਿਆਂ ਨੂੰ ਸਾਰੀ ਉਮਰ ਮੂੰਹ ਨਹੀਂ ਦਿਖਾ ਸਕਾਂਗਾ ਕਿ ਉਹਨਾਂ ਨੇ ਕਹਿਣਾ ਕਿ ਆਪਣਾ ਪਿਓ, ਸਾਡਾ ਪਿਓ ਕੀ ਕਰ ਸਕਿਆ, ਆਪਣੀ ਦੁਕਾਨ ਨਹੀਂ ਬਚਾ ਸਕਿਆ। ਮੈਂ ਪੁਲਿਸ ਦੇ ਅੱਗੇ ਰੋਜ਼ ਦਰਖਾਸਤ ਕਰਦਾ, ਧੱਕੇ ਖਾਂਦਾ। ਮੈਂ ਪਰਸੋਂ ਚੌਥ SHO ਗੋਲਡੀ ਵੀਰ ਦੀ ਕੋਲ ਗਿਆ, ਮੈਂ ਉਹਦੀ ਰਿਕਾਰਡਿੰਗ ਤੁਹਾਡੇ ਸਾਹਮਣੇ ਉਹਨੇ ਪੇਸ਼ ਕਰਦਾ, ਸਪੇਅਰ ਪਾਰਟ 3-ਵੀਲਰ ਦਾ ਜੀ। ਮੈਂ ਗੋਲਡੀ ਵੀਰ ਜੀ ਦੇ ਕੋਲ ਗਿਆ ਉਹਨਾਂ ਦੇ ਕੋਲ, ਹਾਂਜੀ ਦੂਜੀ ਪਾਰਟੀ ਵਿੱਕੀ ਸੋਤਾ ਤੇ ਪ੍ਰਦੀਪ ਕੁਮਾਰ, ਬਹੁਤ ਦੀਆ ਸੋਤਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਪੁਲਿਸ ਮੈਨੂੰ ਰੋਜ਼ ਬੁਲਾ ਕੇ ਲਾਰੇ ਲਾ ਰਹੀ ਹੈ, ਅਤੇ ਇਹ ਦੇਖੋ ਮੈਨੂੰ ਉਹਨਾਂ ਦਾ ਬੋਲਣ ਦਾ, ਉਹਨਾਂ ਦਾ ਵਤੀਰਾ ਮੇਰੇ ਨਾਲ ਕੀ ਸੀ SHO ਸਾਹਿਬ ਦਾ। ਅਸੀਂ ਰੋਜ਼ ਜਾਂਦੇ ਹਾਂ, ਸਾਨੂੰ
जिसे मैं बोल रहे हैं दफा जा तू इतों की तू रोई मूँह चक के साथ को आए ना ही तेरे नौकर लगे हैं। मैं कहना जो पुलिस तुम्हें दी है पुलिस कहदे लिए है जाते पुलिस थाने बंद कर दे कमिश्नर साहब मैं दरखास्त करता सारी मीडिया सारी अफसर कि पुलिस थाने बंद कर दो जो सुनवाई नहीं कर सकते फ्री की तनखावह कहदिया देनिया वे अफसर मैं ADCP वन टाइप किया ADCP वन को गया उन्होंने भी वे अफसर सुनवाई करते हैं पांच मिनट सुनते हो छोटे अफसर कहते छोटे अफसर कोई सुनवाई नहीं उल्टा सानू जलील करते हैं सानू गाला करते हैं साढ़े तो गाला नहीं खादिया जाता साढ़े तो जलील नहीं होया जाता साड़ी जी कार्रवाई है बंदी हाथ जोड़ के कहते साड़ी बंदी कार्रवाई करे नहीं तो असं अपने बच्चों समेत असं इतने आत्मदाह करांगे। चंडीगढ़ तो PBC न्यूज़ ब्यूरो रिपोर्ट।